ਹਾਈ ਫਿਊਚਰ ਬਰਡਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਅਸੀਂ ਕਰਨ ਜਾ ਰਹੇ ਹਾਂ ਜਮਾਤ 11ਵੀਂ ਲਾਜ਼ਮੀ ਪੰਜਾਬੀ ਦਾ ਚੌਥਾ ਪੱਤਰ ਸ਼ੁਰੂ ਕਰਦੇ ਹਾਂ ਇਹ ਜਿਹੜਾ ਪੱਤਰ ਹੈ ਇਹ ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ ਲਿਖਿਆ ਜਾ ਰਿਹਾ ਹੈ ਅਖਬਾਰ ਦੇ ਸੰਪਾਦਕ ਨੂੰ ਸੇਵਾ ਵਿਖੇ ਸੰਪਾਦਕ ਜੀ ਰੋਜ਼ਾਨਾ ਦੇਸ਼ ਸੇਵਕ ਚੰਡੀਗੜ੍ਹ ਵਿਸ਼ਾ ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਤੁਹਾਡੇ ਅਖਬਾਰ ਦੇ ਕਾਲਮਾਂ ਰਾਹੀਂ ਉਪਰੋਕਤ ਸਮੱਸਿਆ ਬਾਰੇ ਕੁਝ ਗੱਲਬਾਤ ਪਾਠਕਾਂ ਨਾਲ ਸਾਂਝੇ ਕਰਨੀਆਂ ਚਾਹੁੰਦਾ ਹਾਂ ਮੈਂ ਇਹ ਵੀ ਚਾਹੁੰਦਾ ਹਾਂ ਕਿ ਇਸ ਵਿਸ਼ੇ ਤੇ ਕੁਝ ਚਰਚਾ ਛਿੜੇ ਤੇ ਇੱਕ ਲੋਕ ਰਾਏ ਬਣ ਸਕੇ ਅੱਜ ਕੱਲ੍ਹ ਹਰ ਵਿਅਕਤੀ ਦੇ ਅਨੁਭਵ ਵਿੱਚ ਇਹ ਆਉਂਦਾ ਹੈ ਕਿ ਥਾਂ ਥਾਂ ਅਸ਼ਲੀਲ ਗੀਤ ਸੁਣਨ ਨੂੰ ਮਿਲਦੇ ਹਨ ਬਸਾਂ ਵਿੱਚ ਤੇ ਹੋਰ ਸਮਾਗਮਾਂ ਸਮੇ ਇਹੋ ਜਿਹੇ ਗੀਤ ਸੁਣਨ ਨੂੰ ਮਿਲਦੇ ਉਸ ਤੋਂ ਸਾਨੂੰ ਪੀਡੀਐਫ ਚੇਂਜ ਕਰਨੀ ਪਵੇਗੀ ਸਿਕ ਸੈਕਿੰਡ ਵੇਟ ਕਰੋ ਓਕੇ ਮਿਲਦੇ ਹਨ ਜਿਨ੍ਹਾਂ ਬਾਰੇ ਪਰਿਵਾਰ ਵਿੱਚ ਕਿਸੇ ਇਕੱਠ ਵਿੱਚ ਗੱਲ ਕਰਨੀ ਵੀ ਔਖੇ ਜਾਪਦੀ ਹੈ ਸਮੱਸਿਆ ਇਸ ਕਰਕੇ ਵੀ ਗੰਭੀਰ ਹੈ ਕਿ ਇਹ ਗੀਤ ਕੈਸਟਾਂ ਸੀਰੀਜ਼ ਅਤੇ ਰਿਕਾਰਡਾਂ ਦੇ ਰੂਪ ਵਿੱਚ ਉੱਚੀ ਆਵਾਜ਼ ਵਿੱਚ ਸੁਣਾਏ ਜਾਂਦੇ ਹਨ ਭਾਵੇਂ ਕੋਈ ਸੁਣਨਾ ਨਾ ਵੀ ਚਾਹੇ ਤਾਂ ਵੀ ਉਸ ਦੇ ਕੰਨਾਂ ਵਿੱਚ ਇਹ ਕੰਨ ਪਾੜਵੀਆਂ ਤੇ ਸ਼ਰਮਸਾਰ ਕਰਨ ਵਾਲੀਆਂ ਗੀਤਾਂ ਦੀ ਆਵਾਜ਼ਾਂ ਪੈਂਦੀਆਂ ਰਹਿੰਦੀਆਂ ਹਨ ਇਹ ਉਵੇਂ ਹੀ ਹੈ ਜਿਵੇਂ ਥਾਂ-ਥਾਂ ਗੰਦਗੀ ਫੈਲੀ ਹੋਵੇ ਤੇ ਲੰਗਰ ਲਈ ਕੋਈ ਰਾਹ ਨਾ ਰਿਹਾ ਹੋਵੇ ਉੱਚ ਆਵਾਜ਼ ਵਿੱਚ ਰਿਕਾਰਡ ਵਜਾਉਣ ਨਾਲ ਇੱਕ ਤਾਂ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ ਤੇ ਇਸ ਤੋਂ ਵੀ ਵੱਧ ਮਾਨਸਿਕ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ ਮਨਅ ਵਿੱਚ ਚੰਗੇ ਤੇ ਨੇ ਰੋਏ ਵਿਚਾਰ ਪੈਦਾ ਕਰਨ ਦੀ ਥਾਂ ਗਲਤ ਉਕਸਾਉ ਤੇ ਢਕੀਲੀ ਸਮਗਰੀ ਸੁਣਨ ਨੂੰ ਦਿੱਤੀ ਜਾਂਦੀ ਹੈ ਜਿੱਥੇ ਦੇ ਰੋਏ ਤੇ ਉੱਚ ਵਿਚਾਰਾਂ ਵਾਲੇ ਨਾਗਰਿਕ ਸਮਾਜ ਦੇ ਵਿਕਾਸ ਨੂੰ ਯਕੀਨੀ ਬਣਾਉਂਦੇ ਹਨ ਉੱਥੇ ਦੂਸ਼ਿਤ ਮਨਾਂ ਦੇ ਮਾਲਕ ਇਸ ਵਿਕਾਸ ਦੇ ਰਾਹ ਵਿੱਚ ਰੋੜਾ ਬਣਦੇ ਹਨ ਇਹ ਸੱਚ ਹੈ ਕਿ ਸ਼ੀਲ ਗੀਤਾਂ ਨੂੰ ਲਿਖਣ ਵਾਲੇ ਗਾਉਣ ਵਾਲੇ ਤੇ ਇਹਨਾਂ ਦੇ ਰਿਕਾਰਡ ਬਣਾਉਣ ਵਾਲੇ ਚੰਗਾ ਤਾਂ ਕਮਾ ਲੈਂਦੇ ਹਨ ਬੜਾ ਕਿੰਨਾ ਗਲਤ ਹੈ ਕਿ ਇਹ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਖੁੱਲ੍ਹੇ ਈਾਮ ਕਰਦੇ ਹਨ ਅਤੇ ਪੂਰੀ ਬੇਸ਼ਰਮੀ ਨਾਲ ਲੋਕਮੰਨਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਹਨ ਇਹ ਲੋਕ ਦੇਸ਼த்ਰੋਹੀ ਕੌਮத்ਰੋਹੀ ਤੇ ਲੋਕத்ਰੋਹੀ ਹੁੰਦੇ ਹਨ ਇਹਨਾਂ ਦੀਆਂ ਮੰਦ ਭਾਵਨਾਵਾਂ ਤੋਂ ਸਾਰੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਲੋਕ ਚੇਤਨ ਹੋਣ ਅਤੇ ਥਾਂ ਥਾਂ ਵੱਜਦੇ ਅਸ਼ਲੀਲ ਰਿਕਾਰਡਾਂ ਤੇ ਟੇਪਾਂ ਵਿਰੁੱਧ ਆਵਾਜ਼ ਉਠਾਉਣਾ ਤੇ ਆਪਣਾ ਰੋਜ਼ ਪ੍ਰਗਟ ਕਰੰਤਾ ਹੀ ਇਸ ਮੰਦੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ ਅਸ਼ਲੀਲ ਕਿਤਾਬਾਂ ਨੂੰ ਲਿਖਨ ਤੇ ਗਾਉਣ ਵਾਲੀਆਂ ਤੇ ਉਹਨਾਂ ਦੀਆਂ ਰਿਕਾਰਡਡ ਟੇਪਾਂ ਨੂੰ ਉਜਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ। ਧੰਨਵਾਦ ਸਹਿਤ ਆਪ ਜੀ ਦਾ ਸ਼ੁਭਚਿੰਤਕ ਦਰਸ਼ਨ ਸਿੰਘ ਪਿੰਡ ਦੇ ਡਾਕਖਾਨਾ ਲੇਲਕਲਾ ਜ਼ਿਲ੍ਹਾ ਸੰਗਰੂਰ ਤੇ ਦਾ ਲੈਫਟ ਹੈਂਡ ਸਾਈਡ ਤੁਸੀਂ ਪਾ ਦੇਣੀ ਹੈ ਡੇਟ। ਸੋ ਜਿਹੜਾ ਸਾਡਾ ਫੋਰਸ ਲੈਟਰ ਇਹ ਵੀ ਖਤਮ ਹੁੰਦਾ ਹੈ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी। ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।